ਪਰਮ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਮੈਂ ਆਪ ਜੀ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਉਸਤਤ ਦੇ ਵਿੱਚ ਲਿਖੀ ਹੋਈ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਦੁਨੀਆ ਵਿੱਚ ਨਹੀਂ ਕੋਈ ਮਿਸਾਲ ਮਿਲਦੀ ਦੁਨੀਆ ਵਿੱਚ ਨਹੀਂ ਕੋਈ ਮਿਸਾਲ ਮਿਲਦੀ ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ ਸਦਾ ਓੜ ਤੇ ਆਸਰਾ ਅਸੀਂ ਲੈਂਦੇ ਦੀਨ ਦਿਆਲ ਨੇ ਗੁਰੂ ਗ੍ਰੰਥ ਸਾਹਿਬ ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਹੇ ਹਰ ਦਮ ਨਾਲ ਨੇ ਗੁਰੂ ਗ੍ਰੰਥ ਸਾਹਿਬ ਤੇ ਜੁਗੋ ਜਗ ਜੋ ਸਦਾ ਅਟਲ ਰਹਿਣੇ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਜੁਗੋ ਜਗ ਜੋ ਸਦਾ ਅਟਲ ਰਹਿਣੇ ਆਪ ਅਕਾਲ ਨੇ ਕਾਲ ਤੋਂ ਰਹਿਤ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਿਓ ਕਿ ਪੰਚਮ ਪਾਤਸ਼ਾਹ ਅਰਜਨ ਗੁਰੂ ਜੀ ਨੇ ਇਕੱਠੀ ਕੀਤੀ ਸੀ ਨਾਲ ਸਤਕਾਰ ਬਾਣੀ ਪੰਚਮ ਪਾਤਸ਼ਾਹ ਅਰਜਨ ਗੁਰੂ ਜੀ ਨੇ ਇਕੱਠੀ ਕੀਤੀ ਸੀ ਨਾਲ ਸਤਕਾਰ ਬਾਣੀ ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਈ ਧੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ ਆ ਸੜਦੇ ਭੁਜਦੇ ਤੇ ਦੁਖਦੇ ਹਿਰਦਿਆਂ ਨੂੰ ਪਲਾ ਵਿੱਚ ਕਰਦੀ ਠੰਡਾ ਠਾਰ ਬਾਣੀ ਤਨ ਮਨ ਦੇ ਰੋਗਾ ਨੂੰ ਦੂਰ ਕਰਕੇ ਦਿੰਦੀ ਹਉਮੇ ਦੀ ਮੈਲ ਉਤਾਰ ਬਾਣੀ ਤਨ ਮਨ ਦੇ ਰੋਗਾ ਨੂੰ ਦੂਰ ਕਰਕੇ ਦਿੰਦੀ ਹਉਮੇ ਦੀ ਮੈਲ ਉਤਾਰ ਬਾਣੀ ਤੇ ਬਿਨਾ ਕਿਸੇ ਵੀ ਕਿਸਮ ਦੇ ਵਿਤ ਕਰੇ ਦੇ ਚੋਹਾ ਵਰਨਾ ਨੂੰ ਦੇ ਪਿਆਰ ਬਾਣੀ ਹੱਕ ਪਰਾਇਆ ਤਾਂ ਗਉ ਤੇ ਸੂਰ ਹੁੰਦਾ ਹੱਕ ਪਰਾਇਆ ਤਾਂ ਗਉ ਤੇ ਸੂਰ ਹੁੰਦਾ ਆਹ ਹੱਥੀ ਕੀਰਤਨੂ ਕਰੇ ਸਵিকার ਬਾਣੀ ਤੇ ਨਾਮ ਬਾਣੀ ਦਾ ਚੜੇ ਖੁਮਾਰ ਜਿਸਨੂ ਝੂਮ ਝੂਮ ਆਖੇ ਵਾ ਬਲੇਹਾਰ ਬਾਣੀ ਉਹਨੂੰ ਵਿੱਚ ਦਰਗਾਹ ਦੇ ਮਾਣ ਮਿਲਦਾ ਭਵ ਸਾਗਰੋਂ ਕਰਦੀ ਏ ਪਾਰ ਬਾਣੀ ਉਹਨੂੰ ਵਿੱਚ ਦਰਗਾਹ ਦੇ ਮਾਣ ਮਿਲਦਾ ਭਵ ਸਾਗਰੋਂ ਕਰਦੀ ਏ ਪਾਰ ਬਾਣੀ ਸਾਥ ਸੰਗਤ ਜੀਓ ਦਰਸ਼ਨ ਕਰੀਏ ਜਦੋਂ ਪਹਿਲੀ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਉਦੋਂ ਪੋਥੀ ਸਾਹਿਬ ਜਾਂ ਆਦ ਬੀੜ ਕਿਹਾ ਜਾਂਦਾ ਸੀ ਕਿਸ ਤਰ੍ਹਾਂ ਹਰਮੰਦਰ ਸਾਹਿਬ ਦੇ ਵਿੱਚ ਸ਼ਬਦ ਕਰਨ ਦੇ ਲਈ ਲਿਜਾਏ ਜਾ ਰਹੇ ਨੇ ਦਰਸ਼ਨ ਕਰਿਓ ਕਿ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀਂ ਹਰਮੰਦਰ ਵੱਲ ਚੱਲ ਰਹੇ ਸੀ ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ ਕਰ ਸਾਫ਼ ਰਸਤਾ ਪਲੋ ਪਲ ਰੈਸੀ ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ ਛੜਕ ਜਮੀਨ ਉਤੇ ਪਾਵਨ ਜਲ ਰੈਸੀ ਆ ਸੰਗਤਾਂ ਸ਼ਬਦ ਗੁਰਬਾਣੀ ਦੇ ਪੜੀ ਜਾਵਣ ਤੇ ਪੰਚਮ ਪਾਤਸ਼ਾਹ ਜੀ ਚੌਰ ਚੱਲ ਰੇ ਸੀ ਸੰਗਤਾਂ ਸ਼ਬਦ ਗੁਰਬਾਣੀ ਦੇ ਪੜੀ ਜਾਵਣ ਪੰਚਮ ਪਾਤਸ਼ਾਹ ਜੀ ਚੌਰ ਚੱਲ ਰੇ ਸੀ ਦਰਸ਼ਨ ਕਰਿਓ ਜਿਵੇਂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੋਭਿਤ ਕਰ ਰਹੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਕਿ ਪਾਵਨ ਬੀੜ ਲਿਆ ਕੇ ਹਰੀ ਮੰਦਰ ਪਾਵਨ ਬੀੜ ਲਿਆ ਕੇ ਹਰੀ ਮੰਦਰ ਜਦ ਪ੍ਰਕਾਸ਼ ਕਰਵਾਇਆ ਸੀ ਪਾਤਸ਼ਾਹ ਨੇ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਤੇ ਥੱਲੇ ਆਸਣ ਲਗਾਇਆ ਸੀ ਪਾਤਸ਼ਾਹ ਨੇ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਪਾਤਸ਼ਾਹ ਨੇ ਆ ਮੇਰੀ ਦੇ ਤੋਂ ਵੱਧ ਸਤਕਾਰ ਕਰਿਓ ਸੰਗਤਾ ਤਾਈਂ ਸਮਝਾਇਆ ਸੀ ਪਾਤਸ਼ਾਹ ਨੇ ਤੇ ਬਾਬਾ ਬੁੱਢਾ ਜੀ ਤਾਈਂ ਸਨਮਾਨ ਦੇ ਕੇ ਮੁਖ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਤਾਈ ਸਰਮਾਨ ਦੇ ਕੇ ਪਹਿਲੇ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ ਆਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੀਏ ਆਪਣੇ ਮੁਖਾਰ ਵਿੱਚੋਂ ਕੀ ਕਹਿ ਰਹੇ ਨੇ ਖਾਲਸੇ ਨੂੰ ਕਿ ਦਸਵੀਂ ਜੋਤ ਜਦ ਜੋਤ ਵਿੱਚ ਰਲਣ ਲੱਗੀ ਦਸਨੀ ਜੋਤ ਜਦ ਜੋਤ ਵਿੱਚ ਰਲਣ ਲੱਗੀ ਕਿਆ ਮੈਂ ਹੁਕਮ ਬਜਾ ਕੇ ਚੱਲਿਆ ਹਾਂ ਜਿਸਮ ਪੰਥ ਤੇ ਆਤਮਾ ਗ੍ਰੰਥ ਅੰਦਰ ਇਹਦੇ ਵਿੱਚ ਸਮਾ ਕੇ ਚੱਲਿਆ ਹਾਂ ਦੇ ਧਾਰੀ ਗੁਰੂਆਂ ਦੀ ਰੀਤ ਹੁਣ ਤੋਂ ਆ ਸਦਾ ਲਈ ਮੁਕਾ ਕੇ ਚੱਲਿਆ ਹਾਂ ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ ਮੈਂ ਹੁਣ ਫਤਿਹ ਗ ਜਾ ਕੇ ਚੱਲਿਆ ਹਾਂ ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ ਮੈਂ ਹੁਣ ਫਤਿਹ ਗ ਜਾ ਕੇ ਚੱਲਿਆ ਹਾਂ ਖਾਲਸਾ ਜੀ ਦਰਸ਼ਨ ਕਰਿਓ ਆਮ ਤੌਰ ਤੇ ਕਿਆ ਜਾਂਦਾ ਹੈ ਕਿ ਸ਼ਬਦ ਗੁਰੂ ਦੇ ਵਿੱਚ ਕੀ ਸ਼ਕਤੀ ਹੈ ਤੋਂ ਕੀ ਸ਼ਕਤੀ ਹੈ ਦਰਸ਼ਨ ਕਰਨਾ ਕਿ ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਜੇ ਸਿੰਘ ਚਰਖੜੀਆਂ ਦੇ ਉੱਤੇ ਚੜੇ ਵੇਖੋ ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਜੇ ਸਿੰਘ ਚਰਖੜੀਆਂ ਦੇ ਉੱਤੇ ਚੜੇ ਵੇਖੋ ਆ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਾੜੀ ਮੌਤ ਪਰਣਾਉਣ ਲਈ ਖੜੇ ਵੇਖੋ ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ ਮੁੱਖੋਂ ਸ਼ਬਦ ਗੁਰਬਾਣੀ ਦੇ ਪੜੇ ਵੇਖੋ ਆ ਲਿਖੀਆਂ ਗੁਰੂ ਗ੍ਰੰਥ ਦੀਆਂ ਜਿਨ੍ਹਾਂ ਬੀੜਾ ਸੀਸ ਤਲੀ ਤੇ ਰੱਖ ਕੇ ਲੜੇ ਵੇਖੋ ਗਲ ਮਾਵਾਂ ਦੇ ਹਾਰ ਜੋ ਤੱਕ ਰਿਓ ਮੋਤੀ ਲਾਲਾਂ ਦੇ ਸਿਰਾਂ ਦੇ ਜੜੇ ਵੇਖੋ ਆ ਪੁੱਠੇ ਲਟਕਦੇ ਝੰਡਾ ਦੇ ਨਾਲ ਤੱਕੋ ਜਾਂ ਫਿਰ ਭੱਟੀਆਂ ਦੇ ਵਿੱਚ ਸੜੇ ਵੇਖੋ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਵਾਲੇ ਆ ਚੱਲਦੇ ਇੰਡਣਾ ਦੇ ਅੱਗੇ ਅੜੇ ਵੇਖੋ ਵਰਨੇ ਆਪਣਾ ਆਪ ਜੋ ਗੁਰੂ ਜੀ ਤੋਂ ਸਿੱਖੀ ਸਿਦਕ ਨਿਭਾਉਂਦੇ ਹੋਏ ਬੜੇ ਵੇਖੋ ਵਰਨੇ ਆਪਣਾ ਆਪ ਜੋ ਗੁਰੂ ਜੀ ਤੋਂ ਸਿੱਖੀ ਸਿਦਕ ਨਿਭਾਉਂਦੇ ਹੋਏ ਬੜੇ ਵੇਖੋ ਆਖਰੀ ਦੋ ਬੰਦ ਇਸ ਕਵਿਤਾ ਦੇ ਕਿ ਨਾਨਕ ਨਾਮ ਲੇਵਾ ਆਪਾਂ ਹੋ ਇਕੱਠੇ ਰਲ ਮਿਲ ਬੈਠ ਕੇ ਸੋਚ ਵਿਚਾਰ ਕਰੀਏ ਵੱਜ ਕੇ ਇੱਕੇ ਪਿਆਰ ਦੀ ਡੋਰੇ ਅੰਦਰ ਸਾਰੇ ਫੈਸਲੇ ਗੁਰੂ ਦਰਬਾਰ ਕਰੀਏ ਸਾਡੇ ਬੋਲਾ ਵਿਚਾਰਾਂ ਚੋਂ ਮੈਂ ਕਿ ਆਵੇ ਐਸਾ ਆਪਣਾ ਉੱਚਾ ਕਿਰਦਾਰ ਕਰੀਏ ਇਹ ਗੁਰਬਾਣੀ ਜੋ ਸਾਂਝੀ ਹੈ ਸਾਰਿਆਂ ਲਈ ਜਾਚਕ ਜੱਗ ਦੇ ਵਿੱਚ ਪ੍ਰਚਾਰ ਕਰੀਏ ਇਹ ਗੁਰਬਾਣੀ ਜੋ ਸਾਂਝੀ ਹੈ ਸਾਰਿਆਂ ਲਈ ਜਾਚਕ ਜੱਗ ਦੇ ਵਿੱਚ ਪ੍ਰਚਾਰ ਕਰੀਏ ਜਾਚਕ ਜੱਗ ਦੇ ਵਿੱਚ ਪ੍ਰਚਾਰ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ